ਸਾਚੀਕਾਰ ਦੈਨਿਕ ਸਵੇਰਾ ਨਿਊਜ਼ ਰੂਮ ਤੋਂ ਮੈਂ ਰਚਨਾ ਤੇ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ 'ਚ ਘਰ-ਘਰ ਆਕਸੀਮੀਟਰ ਵੰਡੇ ਜਾਣ ਤੇ ਅੱਜ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਪ੍ਰਤੀਕਿਰਿਆ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਸੀ ਕਿ ਆਪ ਕਾਰਜਕਰਤਾਵਾਂ ਵੱਲੋਂ ਘਰ-ਘਰ ਜਾ ਕੇ ਆਕਸੀਮੀਟਰ ਨਹੀਂ ਵੰਡੇ ਜਾਣੇ ਬਲਕਿ ਘਰ-ਘਰ ਜਾ ਕੇ ਲੋਕਾਂ ਦੀ ਆਕਸੀਜਨ ਚੈੱਕ ਕੀਤੀ ਜਾਣੀ ਹੈ ਤੇ ਉਹਨਾਂ ਕਿਹਾ ਕਿ ਆਪ ਕਾਰਜਕਰਤਾ ਇੰਨੇ ਕੁਆਲੀਫਾਈਡ ਨਹੀਂ ਨੇ ਕਿ ਆਕਸੀਜਨ ਚੈੱਕ ਕਰਕੇ ਕਿਸੇ ਦੇ ਕਰੋਨਾ ਪੋਜ਼ਿਟਿਵ ਜਾਂ ਨੈਗੇਟਿਵ ਹੋਣ ਬਾਰੇ ਦੱਸ ਸਕਣ। ਉਹਨਾਂ ਨੇ ਕਿਹਾ ਕਿ ਜੇ ਅਰਵਿੰਦ ਕੇਜਰੀਵਾਲ ਨੇ ਆਕਸੀਜਨ ਚੈੱਕ ਕਰਨੀ ਹੈ ਤੇ ਆਪਣੇ ਕਾਰਜਕਰਤਾਵਾਂ ਦੀ ਕਰਨ ਆਪਣੀ ਪਾਰਟੀ ਦੀ ਪੋਲੀਟੀਕਲ ਆਕਸੀਜਨ ਚੈੱਕ ਕਰਾਏ ਜਿਨ੍ਹਾਂ ਦੇ ਪੰਜਾਬ ਵਿੱਚ ਪੈਰ ਨਹੀਂ ਲੱਗ ਰਹੇ ਤੇ ਜਿਨ੍ਹਾਂ ਦੀ ਪੰਜਾਬ ਵਿੱਚ ਸੱਤਾ ਡਗਮਗਾਈ ਹੋਈ ਹੈ। ਉਹ ਦੇਖੋ ਆਕਸੀਮੀਟਰ ਜਿੱਥੇ ਤਾਈ ਮੈਂ ਉਹਨਾਂ ਦੇ ਬਿਆਨ ਪੜ੍ਹੇ ਉਹ ਵੰਡ ਨਹੀਂ ਰਿਹਾ ਆਕਸੀਮੀਟਰ ਉਹ ਜਾ ਕੇ ਕਰੋ ਕਰੀ ਚੈੱਕ ਕਰਨ ਦੀ ਗੱਲ ਕਰ ਰਿਹਾ ਵੀ ਜਾ ਕੇ ਆਕਸੀਜਨ ਲੈਵਲ ਚੈੱਕ ਕਰਾਂਗੇ ਮੇਰੀ ਸਬਮਿਸ਼ਨ ਸੀਗੀ ਵੀ ਉਹ ਜਿਹੜਾ ਵੀ ਬੰਦਾ ਆਕਸੀਮੀਟਰ ਲੈ ਕੇ ਜਾਊਗਾ ਚੈੱਕ ਕਰਕੇ ਹੀ ਇਜ਼ ਨਾਟ ਕੁਆਲੀਫਾਈਡ ਉਹਦੇ ਕੋਲ ਉਸ ਗੱਲ ਦੀ ਟ੍ਰੇਨਿੰਗ ਨਹੀਂ ਵੀ ਉਹ ਬੰਦੇ ਨੂੰ ਦੱਸ ਸਕੇ ਵੀ ਤੂੰ ਵਾਕਈ ਤੇਰੇ ਕਰੋਨਾ ਦਾ ਇਨਫੈਕਸ਼ਨ ਹੋਣ ਦੇ ਚਾਂਸਸ ਹੈ ਜਾਂ ਨਹੀਂ ਜਾਂ ਕਿਸੇ ਨੂੰ ਉਹੀ ਕਲੀਨ ਚਿਟ ਦੇ ਆ ਵੀ ਤੂੰ ਠੀਕ ਹੈ ਉਸ ਕਰੋਨਾ ਨਾਲ ਸੰਕਰਮਿਤ ਹੋਏ ਦੇ ਆਰ ਨਾਟ ਕੁਆਲੀਫਾਈਡ ਦੇ ਆਰ ਸੂਡੋ ਜਿਸ ਤਰ੍ਹਾਂ ਪਹਿਲਾਂ ਆਰ ਐਮ ਪੀਸ ਤੇ ਪਰਚੇ ਹੋ ਰਹੇ ਸੀਗੇ ਵੀ ਦੇ ਆਰ ਨਾਟ ਕੁਆਲੀਫਾਈਡ ਇਸੇ ਕਿਸਮ ਦੇ ਲੋਕ ਜਾ ਕੇ ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਨਾ ਕਰਨ ਮੈਂ ਜਿਹੜੀ ਗੁਜ਼ਾਰਿਸ਼ ਕੀਤੀ ਹੈ ਮਾਨਯੋਗ ਕੇਜਰੀਵਾਲ ਸਾਹਿਬ ਨੂੰ ਕੇਜਰੀਵਾਲ ਸਾਹਿਬ ਆਕਸੀਜਨ ਚੈੱਕ ਕਰਾਓ ਪਰ ਚੈੱਕ ਆਪਣੀ ਪਾਰਟੀ ਦੀ ਪੋਲੀਟੀਕਲ ਆਕਸੀਜਨ ਚੈੱਕ ਕਰਾਓ ਆਪਣੇ ਲੀਡਰਸ ਦੀ ਪੋਲੀਟੀਕਲ ਆਕਸੀਜਨ ਚੈੱਕ ਕਰਾਓ ਕਿਉਂਕਿ ਉਹਨਾਂ ਦਾ ਦਮ ਘਟਿਆ ਜਾ ਰਿਹਾ ਪੰਜਾਬ ਦੇ ਵਾਤਾਵਰਣ ਦੇ ਅੰਦਰ ਆਮ ਆਦਮੀ ਪਾਰਟੀ ਦੇ ਪੈਰ ਨਹੀਂ ਲੱਗ ਰਹੇ ਉਹਨਾਂ ਦੀ ਪੋਲੀਟੀਕਲ ਆਕਸੀਜਨ ਦਾ ਲੈਵਲ ਕੋਈ ਹੋ ਸਕਦਾ ਚੈੱਕ ਤਾਂ ਕਰਵਾਓ 올 ਵਰਲਡ ఓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ रफीक ਮੁਹੰਮਦ ਪੰਡਿਤ ਮੌਲਵੀ ਬੇਗਮ ਤਾਂਤਰਿਕ ਇਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚ ਅਨਬੰਨ ਵਿਦੇਸ਼ ਚ ਪੱਕਾ होना कारोबार फ्री, 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 रफीक मोहम्मद मोबाइल चौरासी तीन सौ चुहत्तर चौरानवे छह सौ संताली चौरासी तीन सौ चुहत्तर चौरानवे छह सौ अड़ताली देश दुनिया की हर वीड्डी खबर डाउनलोड करो नंबर वन न्यूज एप दैनिक